Sabe,
ਦਾ ਹਮੇਸ਼ਾ ਪੱਕਾ ਦੇ ਆਪਣਾ ਬੜਾ ਵਿਸ਼ਾਲ ਦੇਸ਼ ਹੈ ਕਿ 15 ਅਗਸਤ 1947 ਦਾ ਪਹਿਲਾ ਵਕਤ ਬੰਗਲਾਦੇਸ਼ ਦੇ ਵਿੱਚ ਸੀ ਪਾਕਿਸਤਾਨ ਵੀ ਦੇ ਵਿੱਚ ਸੀ ਬਹੁਤ ਵੱਡਾ ਦੇਸ਼ ਹੈ ਇਹ ਦੇਸ਼ ਦੇ ਵਿੱਚ ਦੋ ਸੂਬੇ ਐਸੇ ਹੋਏ ਨੇ ਇੱਕ ਪੰਜਾਬ ਇੱਕ ਕਸ਼ਮੀਰ ਕਸ਼ਮੀਰ ਜਿੱਥੇ ਧਰਮ ਦਾ ਗਿਆਨ ਦਾ ਸੋਲ ਗੜ ਮੰਨਿਆ ਗਿਆ ਹਿੰਦੂ ਧਰਮ ਦੇ ਗਿਆਨ ਆਸ਼ਰਮ ਬਣਾਇਆ ਗਿਆ ਪੰਜਾਬ ਦੇ ਮਹਾਨ ਦਾਤੇ ਜਿਹੜੇ ਅੰਨ ਭੰਡਾਰ ਕਰਕੇ ਬਾਹੋਬਲ ਕਰਕੇ ਸਾਰੀ ਦੁਨੀਆਂ ਵਿੱਚ ਮੰਨੀ ਗਈ ਹੈ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਜਿੰਨੇ ਜਾਬਰ ਜਾਲਮਕਾਰੀ ਹਮਲਾਵਰ ਲੋਕ ਆਏ ਉਹਨਾਂ ਸਾਰਿਆਂ ਦੇ ਹਿੰਦੁਸਤਾਨ ਦੇ ਵੱਖਰੇ ਤੌਰ 'ਤੇ ਇਹ ਦੋਨੇ ਸੂਬੇ ਦੇ ਇਹ ਨਿਸ਼ਾਨੇ 'ਤੇ ਰਹੇ ਜਿਨ੍ਹਾਂ 'ਚ ਪੰਜਾਬ ਨੂੰ ਕਸ਼ਮੀਰ ਨੂੰ ਜਿੱਤਿਆ ਨਹੀਂ ਗਿਆ ਉਹਨਾਂ 'ਚੋਂ ਆਪਣੀ ਜਿੱਤ ਅਧੂਰੀ ਸਮਝਦੇ ਸੀ ਪਹਿਲਾ ਹਮਲਾ 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਨੇ ਕੀਤਾ ਸਿੰਧ 'ਤੇ ਕਬਜ਼ਾ ਕਰ ਲਿਆ ਰਾਜ ਬਣਾ ਲਿਆ ਉਸ ਤੋਂ ਬਾਅਦ ਹਮਲਾ ਦਰ ਹਮਲਾ ਹੁੰਦਾ ਹੋਇਆ ਇੱਥੇ ਲੋਧੀ ਖਾਨਦਾਨ ਦਾ ਰਾਜ ਹੋ ਗਿਆ ਇੱਦਾਂ ਹਰਮਨੋਦੀ ਸਿਕੰਦਰ ਲੋਧੀ ਬਹਿਰੋਜ ਲੋਧੀ ਔਰ ਉਹਨਾਂ ਸਾਰਿਆਂ ਦਾ ਨਜ਼ਰੀਆ ਇਹ ਸੀ ਕਿ ਜੋ ਹਜ਼ਰਤ ਮੁਹੰਮਦ ਸਾਹਿਬ ਦਾ ਉਪਦੇਸ਼ ਹੈ ਸਾਰੇ ਸੰਸਾਰ ਦਾ ਇਸਲਾਮੀਕਰਨ ਕਰਨਾ ਸਾਰੇ ਸੰਸਾਰ ਨੂੰ ਮੁਸਲਮਾਨ ਬਣਾਉਣਾ ਹੈ ਉਹ ਬੜੇ ਆਨੰਦ ਦੀ ਗੱਲ ਹੈ ਸਾਰਾ ਤੇ ਗੀਤ
ਇਤਿਹਾਸ ਸਰਵਣ ਕੀਤਾ ਹੈ। ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦਾ।